ਨਮਸਕਾਰ, ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਮੈਂ ਹਾਂ ਸਵਰਨਜੀਤ ਸਿੰਘ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ ਕੇਂਦਰ ਸਰਕਾਰ SDRF ਰਾਹੀਂ ਲੋਕਾਂ ਦੇ ਇਲਾਜ ਲਈ ਸੂਬਿਆਂ ਨੂੰ ਮਦਦ ਦੇਵੇਗੀ। ਕੇਂਦਰ ਵੱਲੋਂ ਮਰੀਜ਼ਾਂ ਨੂੰ ਵੱਖਰੇ ਰੱਖੇ ਜਾਣ ਦੀ ਸਹੂਲਤ ਸਥਾਪਿਤ ਕਰਨ ਲਈ ਵੀ ਸੂਬਿਆਂ ਨੂੰ ਮਦਦ ਦਿੱਤੀ ਜਾਵੇਗੀ। ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਕੇਂਦਰ ਨੇ ਆਉਂਦੇ 100 ਦਿਨਾਂ ਤੱਕ ਮਾਸਕ ਅਤੇ ਹੈਂਡ ਸੈਨੇਟਾਈਜ਼ਰ ਨੂੰ ਜ਼ਰੂਰੀ ਵਸਤਾਂ ਐਲਾਨਿਆ। ਕੋਰੋਨਾ ਵਾਇਰਸ ਬਾਰੇ ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ ਦੇ ਮੱਦੇਨਜ਼ਰ ਅੱਜ ਤੋਂ ਭਾਰਤ ਪਾਕਿਸਤਾਨ ਅਤੇ ਭਾਰਤ ਅਫਗਾਨਿਸਤਾਨ ਵਾਇਆ ਪਾਕਿਸਤਾਨ ਵਪਾਰ ਅਗਲੇ ਹੁਕਮਾਂ ਤੱਕ ਬੰਦ। ਕੌਮੀ ਜਾਂਚ ਏਜੰਸੀ NIA ਵੱਲੋਂ ਅੱਤਵਾਦੀ ਫੰਡਿੰਗ ਮਾਮਲੇ ਵਿੱਚ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਕਈ ਥਾਈਂ ਛਾਪੇਮਾਰੀ। ਫਾਜ਼ਿਲਕਾ ਪੁਲਿਸ ਵੱਲੋਂ ਬਾਸਮਤੀ ਗਰੋਹ ਦੇ ਨਾਂ ਨਾਲ ਬਦਨਾਮ ਅਪਰਾਧੀਆਂ ਦੇ ਇੱਕ ਸਮੂਹ ਦਾ ਪਰਦਾਫਾਸ਼। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਵਿਆਪਕ ਵਰਖਾ, ਤੇਜ਼ ਹਵਾਵਾਂ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਮੁਸੀਬਤਾਂ ਵਧੀਆਂ। ਅਬੋਹਰ ਦੇ ਕਈ ਪਿੰਡਾਂ ਵਿੱਚ ਭਾਰੀ ਗੜੇਮਾਰੀ ਮਗਰੋਂ ਲੰਮੀ ਪਈ ਕਣਕ ਅਤੇ ਬਰਫ਼ ਜੰਮੀ। ਬਠਿੰਡਾ ਹੋਇਆ ਜਲ ਥਲ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਸ ਬਿਮਾਰੀ ਨਾਲ ਪ੍ਰਭਾਵਿਤ ਲੋਕਾਂ ਦੇ ਇਲਾਜ ਅਤੇ ਮ੍ਰਿਤਕ ਪਰਿਵਾਰਾਂ ਨੂੰ ਮੁਆਵਜ਼ਾ ਦਿੱਤੇ ਜਾਣ ਸੰਬੰਧੀ ਕੇਂਦਰ ਸਰਕਾਰ ਵੱਲੋਂ ਵੱਡੇ ਫੈਸਲੇ ਕੀਤੇ ਗਏ ਨੇ। ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਤੋਂ ਇਲਾਵਾ SDRF ਰਾਹੀਂ ਪ੍ਰਭਾਵਿਤ ਲੋਕਾਂ ਦੇ ਇਲਾਜ ਲਈ ਸੂਬਿਆਂ ਨੂੰ ਮਦਦ ਦੇਣ ਦਾ ਵੀ ਐਲਾਨ ਕੀਤਾ ਹੈ। ਕੇਂਦਰ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਅਤੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਵੱਖਰੇ ਰੱਖੇ ਜਾਣ ਦੀ ਸਹੂਲਤ ਸਥਾਪਿਤ ਕਰਨ ਵਿੱਚ ਵੀ ਸੂਬਿਆਂ ਦੀ ਮਦਦ ਕਰੇਗਾ। ਸਰਕਾਰ ਨੇ ਅਗਲੇ 100 ਦਿਨਾਂ ਤੱਕ ਮੂੰਹ 'ਤੇ ਲਾਉਣ ਵਾਲੇ ਮਾਸਕ ਅਤੇ ਹੱਥਾਂ ਦੇ ਕੀਟਾਣੂ ਨੂੰ ਮਾਰਨ ਵਾਲੇ ਹੈਂਡ ਸੈਨੇਟਾਈਜ਼ਰ ਨੂੰ ਜ਼ਰੂਰੀ ਵਸਤਾਂ ਐਲਾਨ ਕਰ ਦਿੱਤਾ ਹੈ। ਇਸ ਦਾ ਉਦੇਸ਼ ਇਹਨਾਂ ਵਸਤਾਂ ਦੀ ਸਪਲਾਈ ਵਧਾਉਣਾ ਅਤੇ ਜਮ੍ਹਾਂਖੋਰੀ ਰੋਕਣਾ ਹੈ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਉਪਾਵਾਂ ਤਹਿਤ ਸਰਕਾਰ ਵੱਲੋਂ ਇਹ ਅਹਿਮ ਫੈਸਲਾ ਲਿਆ ਗਿਆ ਹੈ। ਹੈਂਡ ਸੈਨੇਟਾਈਜ਼ਰ ਅਤੇ ਦਸਤਾਨਿਆਂ ਦੀ ਉਪਲਬਧਤਾ ਅਤੇ ਕੀਮਤਾਂ ਨੂੰ ਨਿਯਮਤ ਕਰਨ ਲਈ ਆਫ਼ਤ ਪ੍ਰਬੰਧਨ ਕਾਨੂੰਨ ਲਾਗੂ ਕਰ ਦਿੱਤਾ ਹੈ। 2 ਅਤੇ 3 ਪਲਾਈ ਦੇ ਸਰਜੀਕਲ ਮਾਸਕ ਅਤੇ N95 ਮਾਸਕ ਅਤੇ ਹੈਂਡ ਸੈਨੇਟਾਈਜ਼ਰ ਨੂੰ ਜ਼ਰੂਰੀ ਵਸਤਾਂ ਕਾਨੂੰਨ 1955 ਤਹਿਤ ਲਿਆਂਦਾ ਗਿਆ ਹੈ। ਇਸ ਨਾਲ ਸੂਬਿਆਂ ਨੂੰ ਇਹਨਾਂ ਦੇ ਉਤਪਾਦਨ, ਸਪਲਾਈ ਅਤੇ ਕੀਮਤਾਂ ਨੂੰ ਨਿਯਮਤ ਕਰਨ ਅਤੇ ਇਹਨਾਂ ਦੀ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਵਿੱਚ ਮਦਦ ਮਿਲੇਗੀ। ਉਪਭੋਗਤਾ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਸਰਕਾਰ ਨੇ 30 ਜੂਨ 2020 ਤੱਕ ਇਹਨਾਂ ਵਸਤਾਂ ਨੂੰ ਜ਼ਰੂਰੀ ਵਸਤਾਂ ਦੀ ਸ਼੍ਰੇਣੀ ਤਹਿਤ ਰੱਖਣ ਬਾਰੇ ਐਲਾਨ ਕਰਨ ਲਈ ਜ਼ਰੂਰੀ ਵਸਤਾਂ ਕਾਨੂੰਨ ਤਹਿਤ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਉਧਰ ਇਟਲੀ ਵਿੱਚ ਫਸੇ ਭਾਰਤੀਆਂ ਨੂੰ ਦੀ ਇੱਕ ਉਡਾਨ ਅੱਜ ਮਿਲਾਨ ਲਈ ਰਵਾਨਾ ਹੋ ਰਹੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਭਾਰਤ ਵਿੱਚ ਹੁਣ ਤੱਕ 84 ਮਰੀਜ਼ਾਂ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ। ਬਾਕੀ ਕਈ ਸੂਬਿਆਂ ਵਿੱਚ ਵਾਂਗ ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਪੰਜਾਬ ਵਿੱਚ ਵੀ ਵਿੱਦਿਅਕ ਸੰਸਥਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ ਅਤੇ ਹੁਣ ਪੰਜਾਬ ਹਾਲ, ਰੈਸਤਰਾਂ, ਜਿਮ ਅਤੇ ਕਲੱਬ ਆਦਿ ਵੀ 31 ਮਾਰਚ ਤੱਕ ਬੰਦ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਚੰਡੀਗੜ੍ਹ ਵਿੱਚ ਦੱਸਿਆ ਕਿ ਜਨਤਾ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਇਹ ਕਦਮ ਚੁੱਕਣ 'ਤੇ ਵਿਚਾਰ ਕਰ ਰਹੀ ਹੈ। ਇਸ ਤੋਂ ਇਲਾਵਾ ਇਸ ਮਹੀਨੇ ਦੇ ਅੰਤ ਤੱਕ ਅਜਿਹੇ ਜਨਤਕ ਸਮਾਗਮ ਜਿੱਥੇ ਭਾਰੀ ਭੀੜ ਦਾ ਇਕੱਠ ਹੁੰਦਾ ਹੈ ਉਹਨਾਂ 'ਤੇ ਰੋਕ ਲਗਾਉਣ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਉੱਚ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੀ ਇਸ ਤੋਂ ਪਹਿਲਾਂ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਦੇ ਨਾਲ ਨਾਲ ਯੂਨੀਵਰਸਿਟੀਆਂ ਨੂੰ ਵੀ 31 ਮਾਰਚ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਸਨ। ਪੰਜਾਬ ਸਰਕਾਰ ਵੱਲੋਂ ਗਠਿਤ ਕੀਤੇ ਗਏ 7 ਮੈਂਬਰੀ ਮੰਤਰੀ ਸਮੂਹ ਨੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵੱਡੇ ਇਕੱਠ ਕਰਨ ਦੀ ਮਨਜ਼ੂਰੀ ਨਾ ਦੇਣ ਦੇ ਹੁਕਮ ਜਾਰੀ ਕੀਤੇ ਨੇ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੀ ਪ੍ਰਧਾਨਗੀ ਵਿੱਚ ਚੰਡੀਗੜ੍ਹ ਵਿੱਚ ਹੋਈ ਮੰਤਰੀ ਸਮੂਹ ਦੀ ਮੀਟਿੰਗ ਦੌਰਾਨ ਧਾਰਮਿਕ ਆਗੂਆਂ ਅਤੇ ਡੇਰਾ ਮੁਖੀਆਂ ਨੂੰ ਵੀ ਪਹਿਲੋਂ ਨਿਰਧਾਰਿਤ ਧਾਰਮਿਕ ਸਮਾਗਮਾਂ ਨੂੰ ਅੱਗੇ ਪਾਉਣ ਲਈ ਆਖਿਆ ਗਿਆ ਹੈ। ਪੰਜਾਬ ਦੇ ਸਿਹਤ ਵਿਭਾਗ ਅਨੁਸਾਰ ਅੰਮ੍ਰਿਤਸਰ ਅਤੇ ਮੋਹਾਲੀ ਸਥਿਤ ਹਵਾਈ ਅੱਡਿਆਂ ਸਮੇਤ ਹੁਣ ਤੱਕ 88,000 ਮੁਸਾਫਰਾਂ ਦੀ ਕੋਰੋਨਾ ਵਾਇਰਸ ਲਈ ਜਾਂਚ ਕੀਤੀ ਗਈ। 6,600 ਤੋਂ ਵੱਧ ਮੁਸਾਫਰ ਜੋ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮੁਲਕਾਂ ਦਾ ਸਫ਼ਰ ਕਰਕੇ ਆਏ ਨੇ ਉਹਨਾਂ ਦੀ ਵੀ ਸਕਰੀਨਿੰਗ ਕੀਤੀ ਗਈ, ਜਦਕਿ 335 ਅਜਿਹੇ ਮੁਸਾਫਰ ਲਾਪਤਾ ਨੇ। ਇਟਲੀ ਤੋਂ ਵਾਪਸ ਆਏ ਇੱਕ ਮੁਸਾਫਰ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ ਅਤੇ ਉਸਦਾ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨੇ ਜਾਣ ਤੋਂ ਬਾਅਦ 15 ਅਪ੍ਰੈਲ ਤੱਕ ਭਾਰਤ ਸਰਕਾਰ ਵੱਲੋਂ ਸਾਰੇ ਸੈਲਾਨੀ ਵੀਜ਼ੇ ਰੱਦ ਕੀਤੇ ਗਏ ਨੇ। ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ ਦੇ ਮੱਦੇਨਜ਼ਰ ਅੱਜ 14 ਮਾਰਚ ਤੋਂ ਭਾਰਤ ਪਾਕਿਸਤਾਨ ਅਤੇ ਭਾਰਤ ਅਫਗਾਨਿਸਤਾਨ ਵਾਇਆ ਪਾਕਿਸਤਾਨ ਹੋ ਗਿਆ ਹੈ। ਕਸਟਮ ਵਿਭਾਗ ਦੇ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਅਨੁਸਾਰ ਬੀਤੇ ਕੱਲ੍ਹ ਅਫਗਾਨਿਸਤਾਨ ਤੋਂ ਵਾਹਗਾ ਬਾਰਡਰ ਰਾਹੀਂ 18 ਟਰੱਕ ਆਏ ਸਨ, ਪਰ ਅੱਜ ਤੋਂ ਇਸ ਰਸਤੇ ਤੋਂ ਵਪਾਰ ਅਗਲੇ ਹੁਕਮਾਂ ਤੱਕ ਬੰਦ ਰਹੇਗਾ। ਅਟਾਰੀ ਵਾਹਗਾ ਸੜਕ ਰਸਤੇ
ਸੈਲਾਨੀਆਂ ਤੇ ਭਾਰਤ ਦਾਖਲ ਹੋਣ ਤੇ ਪਾਬੰਦੀ ਰਹੇਗੀ। ਹੁਣ ਸਿਰਫ ਸੰਯੁਕਤ ਰਾਸ਼ਟਰ ਦੇ ਨੁਮਾਇੰਦੇ ਅਤੇ ਵਰਕ ਵੀਜ਼ਾ ਹੋਲਡਰ ਹੀ ਆ ਸਕਣਗੇ। ਉਹਨਾਂ ਇਹ ਵੀ ਦੱਸਿਆ ਕਿ ਟਾਰੀਸਾ ਤੇ JCP ਤੇ IPC ਤੇ ਕਸਟਮ ਵਿਭਾਗ ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਇੰਡੋ ਪਾਕ ਬਾਰਡਰ ਤੇ ਅਭੀ ਟ੍ਰੇਡ ਅੱਜ ਕੇ ਡੇਟ ਮੇ ਨਹੀਂ ਹੁਆ ਹੈ। ਕਲ ਤੱਕ ਟ੍ਰੇਡ ਥਾ 10-15-20 ਟਰੱਕ ਆਏ ਥੇ ਹਮਾਰੇ ਪਾਸ। ਆਜ ਕੋਈ ਟਰੱਕ ਨਹੀਂ ਆਇਆ ਹੈ ਔਰ ਆਗੇ ਜਬ ਤੱਕ ਯੇ ਐਡਵਾਈਜ਼ਰੀ ਰਹੇ ਤਬ ਤੱਕ ਕੋਈ ਟਰੱਕ ਨਹੀਂ ਆਏਗਾ। ਔਰ ਬਾਕੀ ਜੋ ਪ੍ਰੋਟੈਕਟਿਵ ਮੇਜਰਸ ਹੈ ਉਹ ਹਮਨੇ ਲੈਣੇ ਕੇ ਲਿਏ ਕਹਾ ਹੈ, ਉਨਕੇ ਲੀਏ ਗਲਵਸ ਮਾਸਕ ਜੋ ਵੀ ਉਹ ਸਾਰਾ ਅਰੇਂਜ ਕੀਆ ਹੈ। ਲੈਂਡ ਰੂਟ ਕਾ ਸਟੇਟਸ ਵਹੀ ਹੈ ਕਿ ਵਹਾਂ ਸੇ ਫੋਰਨਰਸ ਅਲਾਊਡ ਨਹੀਂ ਹੋਗੇ, ਕੇਵਲ ਇੰਡੀਅਨਸ ਹੈ ਵੋ ਆ ਸਕਤੇ ਹੈ ਔਰ ਜਿਨਕੇ ਪਾਸ ਵੀਜ਼ਾ ਹੋਗਾ UN ਜਾਂ ਡਿਪਲੋਮੈਟ ਹੋਗੇ ਵੋ ਅਲਾਊਡ ਹੋਗੇ। ਕੌਮੀ ਜਾਂਚ ਏਜੰਸੀ NIA ਨੇ ਅੱਤਵਾਦੀ ਫੰਡਿੰਗ ਮਾਮਲੇ ਵਿੱਚ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਕਈ ਥਾਈਂ ਛਾਪੇਮਾਰੀ ਕੀਤੀ। ਸਰਕਾਰੀ ਸੂਤਰਾਂ ਅਨੁਸਾਰ ਪੱਤਣ ਵਿੱਚ ਨੀਲਾ ਪਾਲਪੁਰਾ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਅਤੇ ਇਸ ਖੇਤਰ ਵਿੱਚ ਅੱਜ ਸਵੇਰ ਤੋਂ ਹੀ ਭਾਰੀ ਗਿਣਤੀ ਵਿੱਚ ਸੁਰੱਖਿਆ ਬਲਾਂ ਦੀ ਤੈਨਾਤੀ ਕੀਤੀ ਗਈ। ਇਸ ਤੋਂ ਬਾਅਦ NIA ਦੀ ਇੱਕ ਟੀਮ ਨੇ MES ਦੇ ਸਾਬਕਾ ਮੁਲਾਜ਼ਮ ਗੁਲਾਮ ਮੁਹੰਮਦ ਮੀਰ ਦੀ ਰਿਹਾਇਸ਼ 'ਤੇ ਛਾਪੇਮਾਰੀ ਕੀਤੀ। ਸੂਤਰਾਂ ਅਨੁਸਾਰ ਇਸ ਛਾਪੇਮਾਰੀ ਵਿੱਚ ਟੀਮ ਵੱਲੋਂ ਮੀਰ ਦੇ ਪੁੱਤਰ ਮੁਹੰਮਦ ਅਸ਼ਰਫ ਨੂੰ ਅੱਤਵਾਦ ਲਈ ਫੰਡ ਮੁਹੱਈਆ ਕਰਵਾਉਣ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤਾ ਗਿਆ। NIA ਨੇ ਮੁਗਲਪੁਰਾ, ਸਲੂਸਾ ਸਮੇਤ ਬਾਰਾਮੂਲਾ ਦੇ ਕਈ ਹੋਰ ਇਲਾਕਿਆਂ ਵਿੱਚ ਵੀ ਛਾਪੇਮਾਰੀ ਕੀਤੀ। ਹੁਣ ਤੱਕ ਕੌਮੀ ਜਾਂਚ ਏਜੰਸੀ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਅੱਤਵਾਦੀ ਫੰਡਿੰਗ ਦੇ ਦੋਸ਼ਾਂ ਤਹਿਤ ਘਾਟੀ ਵਿੱਚ ਕੋਈ 2 ਦਰਜਨ ਵੱਖਵਾਦੀ ਆਗੂਆਂ ਅਤੇ ਕਾਰੋਬਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਏਜੰਸੀ ਵੱਲੋਂ ਕਈ ਮੀਡੀਆ ਨਾਲ ਸੰਬੰਧਿਤ ਵਿਅਕਤੀਆਂ ਤੋਂ ਵੀ ਪੁੱਛਗਿੱਛ। ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਵਿੱਚ ਵਾਪਰ ਇੱਕ ਸੜਕ ਹਾਦਸੇ ਦੀ ਮੌਤ ਹੋ ਗਈ ਹੈ ਅਤੇ 3 ਹੋਰ ਜ਼ਖਮੀ ਦੱਸੇ ਜਾਂਦੇ ਨੇ। ਏਜੰਸੀ ਖਬਰਾਂ ਵਿੱਚ ਕਿਹਾ ਗਿਆ ਕਿ ਜੋਧਪੁਰ ਜ਼ਿਲ੍ਹੇ ਦੇ ਸ਼ੇਰਗੜ੍ਹ ਥਾਣਾ ਇਲਾਕੇ ਵਿੱਚ ਇੱਕ ਟਰੱਕ ਅਤੇ ਕੈਂਪ ਦੀ ਟੱਕਰ ਕਾਰਨ ਵਾਪਰੇ ਭਿਆਨਕ ਹਾਦਸੇ ਵਿੱਚ 6 ਔਰਤਾਂ ਅਤੇ ਇੱਕ ਬੱਚੇ ਸਮੇਤ 11 ਵਿਅਕਤੀਆਂ ਦੀ ਥਾਂ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਪੁਲਿਸ ਨੇ ਤੁਰੰਤ ਘਟਨਾ ਵਾਲੀ ਥਾਂ ਪਹੁੰਚ ਕੇ ਜ਼ਖਮੀਆਂ ਨੂੰ ਜੋਧਪੁਰ ਦੇ ਸਰਕਾਰੀ ਹਸਪਤਾਲ ਭੇਜਿਆ। ਸੂਤਰਾਂ ਅਨੁਸਾਰ ਕੈਂਪਰ ਬਲੋਟਰਾ ਤੋਂ ਆ ਰਿਹਾ ਸੀ ਜੋ ਸਾਹਮਣੇ ਆ ਰਹੇ ਇੱਕ ਟਰੱਕ ਨਾਲ ਟਕਰਾਇਆ। ਇਸ ਹਾਦਸੇ ਕਾਰਨ ਮੋਟਰ ਗੱਡੀਆਂ ਬੁਰੀ ਤਰ੍ਹਾਂ ਨੁਕਸਾਈਆਂ ਗਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਰਦਨਾਕ ਹਾਦਸੇ ਵਿੱਚ 11 ਵਿਅਕਤੀਆਂ ਦੇ ਮਾਰੇ ਜਾਣ 'ਤੇ ਦੁੱਖ ਪ੍ਰਗਟਾਇਆ ਹੈ। ਇੱਕ ਟਵੀਟ ਵਿੱਚ ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ ਹਮਦਰਦੀ ਜਤਾਉਂਦਿਆਂ ਜ਼ਖਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਫਾਜ਼ਿਲਕਾ ਪੁਲਿਸ ਨੇ ਬਾਸਮਤੀ ਗਰੋਹ ਦੇ ਨਾਂ ਨਾਲ ਬਦਨਾਮ ਅਪਰਾਧੀਆਂ ਦੇ ਇੱਕ ਸਮੂਹ ਦਾ ਪਰਦਾਫਾਸ਼ ਕੀਤਾ ਜੋ ਪੰਜਾਬ ਦੇ ਕਈ ਹਿੱਸਿਆਂ ਵਿੱਚ ਜਾਲੀ ਨੰਬਰ ਵਾਲੇ ਟਰੱਕ ਦੇ ਜ਼ਰੀਏ ਲੱਖਾਂ ਰੁਪਏ ਦੇ ਬਾਸਮਤੀ ਚਾਵਲ ਖੁਰਦ ਬੁਰਦ ਕਰ ਦਿੰਦੇ ਸਨ ਅਤੇ ਇਸ ਨੂੰ ਵੇਚ ਕੇ ਮੋਟੀ ਕਮਾਈ ਕਰਦੇ ਸਨ। ਫਾਜ਼ਿਲਕਾ ਦੀ CIA ਸਟਾਫ ਨੂੰ ਸ਼ਿਕਾਇਤ ਮਿਲੀ ਸੀ ਕਿ ਕੁਝ ਲੋਕ ਜਾਲੀ ਨੰਬਰ ਟਰੱਕ ਤੇ ਟਰਾਂਸਪੋਰਟ ਦੇ ਜ਼ਰੀਏ ਲੱਖਾਂ ਰੁਪਏ ਦੇ ਚਾਵਲ ਭਰ ਕੇ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਇਲਾਕੇ ਵਿੱਚ ਖੁਰਦ ਬੁਰਦ ਕਰ ਰਹੇ ਨੇ, ਜਿਸ 'ਤੇ ਪੁਲਿਸ ਨੇ ਕਾਰਵਾਈ ਕਰਦਿਆਂ ਇਸ ਗਰੋਹ ਦੇ 7 ਮੈਂਬਰਾਂ ਵਿੱਚੋਂ 6 ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਜਾਲੀ ਨੰਬਰ ਵਾਲਾ ਟਰੱਕ ਕੋਈ 400 ਬੋਰੀਆਂ ਬਾਸ ਕੈਸ਼ ਵੀ ਬਰਾਮਦ ਕੀਤਾ ਗਿਆ ਹੈ। ਫਾਜ਼ਿਲਕਾ ਦੇ DSP ਡੀ ਭੁਪਿੰਦਰ ਸਿੰਘ ਅਨੁਸਾਰ ਇਹ ਗਰੋਹ ਟਰੱਕ ਵਿੱਚ ਬਾਸਮਤੀ ਚਾਵਲ ਭਰ ਲੈਂਦਾ ਸੀ, ਜਿਸ ਮਗਰੋਂ ਚਾਵਲ ਪਹੁੰਚਾਉਣ ਵਾਲੀ ਥਾਂ ਦੇ ਬਦਲੇ ਜਲਾਲਾਬਾਦ ਇਲਾਕੇ ਵਿੱਚ ਲਿਆ ਕੇ ਵੇਚ ਦਿੰਦਾ ਸੀ ਅਤੇ ਚਾਵਲ ਮਾਲਕ ਲੱਭਦੇ ਰਹਿ ਜਾਂਦੇ ਸਨ, ਪਰ ਉਹਨਾਂ ਦੇ ਹੱਥ ਕੁਝ ਨਹੀਂ ਲੱਗਦਾ। ਜਿਸ ਮਗਰੋਂ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਜਾਲ ਵਿਛਾ ਕੇ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ। ਪੁਲਿਸ ਅਨੁਸਾਰ ਗੁਰਸੇਵਕ ਸਿੰਘ ਨਾਮੀ ਵਿਅਕਤੀ ਇਸ ਗਰੋਹ ਦਾ ਮੁਖੀਆ ਹੈ, ਜੋ ਫਾਜ਼ਿਲਕਾ ਦਾ ਇੱਕ ਵਕੀਲ ਦੱਸਿਆ ਜਾ ਰਿਹਾ ਹੈ। ਗੁਰਸੇਵਕ ਸਿੰਘ ਹੀ ਪੂਰੇ ਗਰੋਹ ਨੂੰ ਚਲਾਉਂਦਾ ਸੀ। ਟਰੱਕ ਦੇ ਜਾਲੀ ਕਾਗਜ਼ ਵੀ ਇਸ ਵਕੀਲ ਵੱਲੋਂ ਤਿਆਰ ਕੀਤੇ ਜਾਂਦੇ ਸਨ। DSP ਭੁਪਿੰਦਰ ਸਿੰਘ ਨੇ ਦੱਸਿਆ ਕਿ 19 ਲੱਖ ਦੇ ਮਾਲ 'ਚੋਂ 5 ਲੱਖ ਰੁਪਏ ਹੁਣ ਤੱਕ ਬਰਾਮਦ ਹੋਏ ਨੇ। 14 ਲੱਖ ਰੁਪਏ ਇਸ ਗਰੋਹ ਦੇ ਮੁੱਖ ਸਰਗਨਾ ਗੁਰਸੇਵਕ ਸਿੰਘ ਪਾਸੋਂ ਬਰਾਮਦ ਹੋਣ ਦੀ ਉਮੀਦ ਹੈ। ਫਿਲਹਾਲ ਪੁਲਿਸ ਨੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਗਰੋਹ ਹੈਗਾ ਜਿਹੜਾ ਫਾਜ਼ਿਲਕਾ ਏਰੀਆ ਦਾ ਰਹਿਣ ਵਾਲਾ ਹੈਗਾ, ਅਤੇ ਬਾਹਰ ਜਦੋਂ ਵੀ ਇਹਨਾਂ ਦਾ ਕੋਈ ਇੱਕ ਵਕੀਲ ਹੈਗਾ ਮਾਸਟਰ ਮਾਈਂਡ, ਉਹਦੇ ਨਾਲ ਅਟੈਚ ਨੇ 5-6 ਬੰਦੇ, ਅਤੇ ਜਿਹੜੀਆਂ ਸ਼ੈਲਰ ਵਗੈਰਾ ਹੈਗੇ ਆ ਜਾਂ ਦਾਣਾ ਮੰਡੀਆਂ ਨੇ, ਉੱਥੋਂ ਟਰੱਕ ਭਰਦੇ ਨੇ, ਭਰਦੇ ਕਿਸੇ ਹੋਰ ਡੈਸਟੀਨੇਸ਼ਨ ਲਈ ਲਈਆਂ, ਲੇਕਿਨ ਉੱਥੋਂ ਲਿਆ ਕੇ ਅਤੇ ਰਸਤੇ ਦੇ ਵਿੱਚ ਇੱਥੇ ਜਲਾਲਾਬਾਦ ਲਿਆ ਕੇ ਅਤੇ ਉਹਦਾ ਖਾਲੀ ਕਰਕੇ ਅਤੇ ਉਹਨੂੰ ਅੱਗੇ ਵੇਚ ਦਿੰਦੇ ਨੇ। ਇਹਦੇ ਸੰਬੰਧ ਵਿੱਚ ਜਿਹੜੇ 6 ਬੰਦੇ ਅਸੀਂ ਗ੍ਰਿਫਤਾਰ ਕੀਤੇ ਨੇ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕਈ ਹਿੱਸਿਆਂ ਵਿੱਚ ਬੀਤੀ ਰਾਤ ਤੋਂ ਫਿਰ ਵਰਖਾ ਹੋਣ ਦੀਆਂ ਖਬਰਾਂ ਨੇ। ਇਸ ਵਰਖਾ ਨਾਲ ਦੋਵੇਂ ਸੂਬਿਆਂ ਵਿੱਚ ਕਿਸਾਨਾਂ ਦੀਆਂ ਮੁਸੀਬਤਾਂ ਵੱਧ ਗਈਆਂ ਨੇ। ਉਹਨਾਂ ਨੂੰ ਡਰ ਹੈ ਕਿ ਬਰਸਾਤ ਦੇ ਮੌਸਮ ਦੇ ਲੰਬਾ ਚੱਲਣ ਕਾਰਨ ਫਸਲਾਂ ਨੂੰ ਹੋਰ ਨੁਕਸਾਨ ਹੋਵੇਗਾ। ਚੰਡੀਗੜ੍ਹ ਵਿੱਚ ਪਿਛਲੇ 3 ਦਿਨਾਂ ਤੋਂ ਰੁਕ ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਸਮੇਤ ਕਈ ਥਾਈਂ ਵਰਖਾ ਹੋਣ ਦੀਆਂ ਖਬਰਾਂ ਨੇ।
ਉਧਰ ਹਰਿਆਣਾ ਦੇ ਅੰਬਾਲਾ ਪੰਚਕੂਲਾ ਅਤੇ ਕਰਨਾਲ ਆਦਿ ਇਲਾਕਿਆਂ ਵਿੱਚ ਬੀਤੀ ਸ਼ਾਮ 5:30 ਵਜੇ ਤੋਂ ਅੱਜ ਸਵੇਰੇ 8:30 ਵਜੇ ਤੱਕ ਰੁਕ ਰੁਕ ਕੇ ਬਰਸਾਤ ਹੋਈ। ਵੱਖ ਕਾਰਨ ਇਹਨਾਂ ਦੋਵੇਂ ਸੂਬਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 21 ਤੋਂ 24 ਡਿਗਰੀ ਸੈਲਸੀਅਸ ਦਰਮਿਆਨ ਚੱਲ ਰਿਹਾ ਹੈ, ਜੋ ਆਮ ਨਾਲੋਂ 2 ਤੋਂ 5 ਡਿਗਰੀ ਸੈਲਸੀਅਸ ਹੇਠਾਂ ਆਈ। ਸਰਕਾਰੀ ਅਧਿਕਾਰੀਆਂ ਅਨੁਸਾਰ ਬੇਮੌਸਮੀ ਵਿਆਪਕ ਵਰਖਾ ਨਾਲ ਤੇਜ਼ ਹਵਾਵਾਂ ਝੂਲਣ ਅਤੇ ਕਈ ਥਾਈਂ ਗੜੇ ਪੈਣ ਕਾਰਨ ਕਣਕ ਦੀ ਫਸਲ ਨੁਕਸਾਨ ਹੋਇਆ ਹੈ। ਫਾਜ਼ਿਲਕਾ ਜ਼ਿਲ੍ਹੇ ਵਿੱਚ ਕਈ ਇਲਾਕਿਆਂ ਵਿੱਚ ਕਣਕ ਦੀ ਫਸਲ ਲੰਮੀ ਪੈ ਗਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਫਸਲਾਂ ਨੂੰ ਹੋਏ ਨੁਕਸਾਨ ਲਈ ਕਿਸਾਨਾਂ ਨੂੰ ਛੇਤੀ ਤੋਂ ਛੇਤੀ ਮੁਆਵਜ਼ਾ ਦੇਵੇ। ਉਧਰ ਦਿੱਲੀ ਵਿੱਚ ਵੀ ਭਾਰੀ ਵਰਖਾ ਹੋਣ ਦੀਆਂ ਖਬਰਾਂ ਨੇ। ਅੱਜ ਬਾਅਦ ਦੁਪਹਿਰ ਦਿੱਲੀ ਦੇ ਕਈ ਹਿੱਸਿਆਂ ਵਿੱਚ ਵਰਖਾ ਦੇ ਨਾਲ ਗੜੇ ਵੀ ਪਏ। ਮੌਸਮ ਵਿਭਾਗ ਦੇ ਦਿੱਲੀ ਸਥਿਤ ਦਫ਼ਤਰ ਨੇ ਕੌਮੀ ਰਾਜਧਾਨੀ ਦਿੱਲੀ ਵਿੱਚ ਹੋਰ ਵਰਖਾ ਪੈਣ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ ਦੇ ਕਈ ਇਲਾਕਿਆਂ ਵਿੱਚ ਪਿਛਲੇ ਦਿਨਾਂ ਤੋਂ ਹੋ ਰਹੀ ਬਰਸਾਤ ਕਿਸਾਨਾਂ ਵਾਸਤੇ ਕਹਿਰ ਬਣ ਕੇ ਵਰੀ ਹੈ। ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਨੇ। ਅਬੋਹਰ ਅਤੇ ਫਾਜ਼ਿਲਕਾ ਦੇ ਕਈ ਪਿੰਡਾਂ ਵਿੱਚ ਵਰਖਾ ਦੇ ਨਾਲ ਨਾਲ ਗੜੇਮਾਰੀ ਹੋਈ ਹੈ। ਦੱਸਿਆ ਜਾ ਰਿਹਾ ਕਿ ਤੇਜ਼ ਹਵਾਵਾਂ ਅਤੇ ਗੜੇਮਾਰੀ ਕਾਰਨ ਲੰਮੀ ਪਈ ਕਣਕ ਦੀ ਫਸਲ ਉੱਤੇ ਜਿਵੇਂ ਸਫੇਦ ਚਾਦਰ ਵਿਛੀ ਹੋਵੇ। ਪ੍ਰਸਾਰ ਭਾਰਤੀ ਦੇ ਫਾਜ਼ਿਲਕਾ ਸਥਿਤ ਨੁਮਾਇੰਦੇ ਨੇ ਹਾਲ ਬਿਆਨੀ ਕਰਦਿਆਂ ਦੱਸਿਆ ਕਿ ਕਈ ਪਿੰਡਾਂ ਤਾਂ ਜਿਵੇਂ ਸ਼ਿਮਲਾ ਹੀ ਬਣ ਗਏ। ਭਾਰੀ ਗੜਿਆਂ ਦੀ ਬਰਫ਼ ਫਸਲਾਂ 'ਤੇ ਜੰਮ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਮੌਸਮ ਨੇ ਉਹਨਾਂ ਦੀਆਂ ਫਸਲਾਂ 'ਤੇ ਵੱਡੀ ਮਾਰ ਮਾਰੀ ਹੈ। ਅਬੋਹਰ ਦੇ ਖੂਹੀਆਂ ਸਰਵਰ, ਤਾਜ਼ਾ ਪੱਟੀ, ਧਰਾਂਗਵਾਲਾ, ਮੌਜਗੜ੍ਹ, ਕਲਰਖੇੜਾ ਆਦਿ ਪਿੰਡਾਂ ਵਿੱਚ ਤਾਂ ਗੜੇਮਾਰੀ ਕਾਰਨ ਕਾਫ਼ੀ ਜ਼ਿਆਦਾ ਨੁਕਸਾਨ ਹੋਇਆ ਹੈ। ਦੱਸਿਆ ਜਾ ਰਿਹਾ ਕਿ ਕਣਕ ਤੋਂ ਇਲਾਵਾ ਚਣਾ, ਸਰ੍ਹੋਂ ਅਤੇ ਬਾਗਬਾਨੀ ਦੀਆਂ ਫਸਲਾਂ ਕੁਦਰਤ ਦੇ ਕਹਿਰ ਦਾ ਨਿਸ਼ਾਨਾ ਬਣੀਆਂ ਨੇ। ਕਿਸਾਨਾਂ ਨੇ ਫਸਲਾਂ ਨੂੰ ਹੋਏ ਨੁਕਸਾਨ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਅਤੇ ਅਬੋਹਰ ਤੋਂ ਵਿਧਾਨਕਾਰ ਅਰੁਣ ਨਾਰੰਗ ਨੇ ਵੀ ਕਿਸਾਨਾਂ ਨੂੰ ਹੋਏ ਨੁਕਸਾਨ 'ਤੇ ਚਿੰਤਾ ਪ੍ਰਗਟ ਕੀਤੀ। ਇੰਨੀ ਬਰਫ਼ਬਾਰੀ ਹੋਈ ਹੈ ਕਿ ਫਸਲਾਂ 100% ਹੀ ਖਰਾਬ ਹੋ ਗਈ ਅਤੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਕੋਈ ਘੱਟੋ ਘੱਟ ਮੁਆਵਜ਼ੇ ਦਾ 50,000 ਰੁਪਏ ਕਿੱਲੇ ਦੇ ਹਿਸਾਬ ਨਾਲ ਕੋਈ ਦੇਵੇ ਤਾਂ ਬਾਹਰ ਪਊਗੀ, ਕੋਈ ਕਰਜ਼ੇ ਕੁਰਜ਼ੇ ਮਾਫ਼ ਕਰਨ ਲਏ ਅਤੇ ਬਾਕੀ ਫਸਲਾਂ ਤਾਂ ਜਮ੍ਹਾਂ ਹੀ ਬਰਬਾਦ ਹੋ ਗਈ। ਇੰਨਾ ਭਾਰੀ ਨੁਕਸਾਨ ਹੈ ਅਤੇ ਸਰਕਾਰ ਨੂੰ ਵੱਧ ਜਲਦੀ ਤੋਂ ਜਲਦੀ ਇਹਦੀ ਸਪੈਸ਼ਲ ਗਿਰਦਾਵਰੀ ਕਰਾ ਕੇ ਅਤੇ ਇਹਨਾਂ ਦਾ ਮੁਆਵਜ਼ਾ ਜਾਰੀ ਕਰਨਾ ਚਾਹੀਦਾ ਹੈ। ਉਧਰ ਬਠਿੰਡਾ ਵਿੱਚ ਵੀ ਭਾਰੀ ਬਰਸਾਤ ਹੋਣ ਦੀ ਖਬਰ ਹੈ, ਜਿਸ ਤਰ੍ਹਾਂ ਬਠਿੰਡਾ ਸ਼ਹਿਰ ਜਲਥਲ ਹੋ ਗਿਆ। ਸ਼ਹਿਰ ਦੀਆਂ ਸੜਕਾਂ 'ਤੇ ਮੀਂਹ ਦਾ ਪਾਣੀ ਖੜ੍ਹਾ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਬਠਿੰਡਾ ਵਿੱਚ ਵੀ ਭਾਰੀ ਮੀਂਹ ਅਤੇ ਤੇਜ਼ ਖਬਰਾਂ ਨੇ ਬਠਿੰਡਾ ਸ਼ਹਿਰ ਵਿੱਚ ਗੜੇਮਾਰੀ ਦਾ ਜ਼ਿਆਦਾ ਪ੍ਰਭਾਵ ਵੇਖਣ ਨੂੰ ਮਿਲਿਆ। ਗੜੇ ਘੱਟ ਪਏ ਨੇ। ਬਠਿੰਡਾ ਜ਼ਿਲ੍ਹੇ ਦੇ ਖੇਤੀਬਾੜੀ ਸੂਚਨਾ ਅਫਸਰ ਡਾਕਟਰ ਗੁਰਤੇਜ ਸਿੰਘ ਬਰਾੜ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੀ ਮੁੱਖ ਫਸਲ ਕਣਕ ਦਾ ਕੁੱਲ ਰਕਬਾ ਕੋਈ 2,54,000 ਹੈਕਟੇਅਰ ਹੈ ਅਤੇ ਰਾਮਪੁਰਾ ਬਲਾਕ ਵਿੱਚ ਗੜੇਮਾਰੀ ਹੋਈ ਹੈ, ਜਦਕਿ ਬਾਕੀ ਇਲਾਕਿਆਂ ਵਿੱਚ ਬਚਾ ਰਿਹਾ। ਉਹਨਾਂ ਦੱਸਿਆ ਕਿ ਖਰਾਬ ਮੌਸਮ ਕਾਰਨ ਨੁਕਸਾਨ ਹੋਣ ਦਾ ਖਦਸ਼ਾ ਹੈ। ਉਧਰ ਕਿਸਾਨਾਂ ਨੇ ਵਰਖਾ ਅਤੇ ਗੜੇਮਾਰੀ ਕਾਰਨ ਫਸਲਾਂ ਨੂੰ ਭਾਰੀ ਨੁਕਸਾਨ ਹੋਣ ਦੀ ਗੱਲ ਕਹੀ ਹੈ। ਹਲਕੀ ਗੜੇਮਾਰੀ ਹੋਈ ਹੈ ਅਤੇ ਬਾਰਿਸ਼ ਹੋਈ ਹੈ, ਇਹਦਾ ਬਲਾਕਾਂ 'ਚੋਂ ਰਿਪੋਰਟਾਂ ਜਦੋਂ ਲਈਆਂ ਗਈਆਂ ਅਤੇ ਰਾਮਪੁਰਾ ਫੂਲ ਦੇ ਏਰੀਏ 'ਚ ਹੈ ਜਿਹੜੀ ਗੜੇਮਾਰੀ ਕੋਈ ਹਲਕੀ ਜਿਹੀ ਹੋਈ ਹੈ। ਹਜੇ ਤੱਕ ਹੈ ਜਿਹੜੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ। ਫਸਲ ਪੱਕੀ ਪਈ ਹੈ ਕਿਸਾਨ ਦੀ, ਕਿਸਾਨ ਪਹਿਲਾਂ ਹੀ ਮਾਰਿਆ ਹੋਇਆ ਅਤੇ ਬਹੁਤ ਹੀ ਮਾੜਾ ਹੋਇਆ ਹੈਗਾ। ਫਸਲ ਪੱਕਣ ਕਾਰਨ ਪੱਲੀਆਂ 'ਤੇ ਹੈ, ਦਾਣੇ ਬਣੇ ਹੋਏ ਹੈ ਅਤੇ ਇਹਦੇ ਨਾਲ ਦਾਣਿਆਂ ਦਾ ਬਹੁਤ ਨੁਕਸਾਨ ਹੋਇਆ। ਲਸ਼ਕਵਾਰੀ ਹੈ ਜਿਹੜੀ, ਇਹ ਬਹੁਤ ਮਾੜੀ ਹੈ। ਥੋੜ੍ਹੀ ਜਿਹੀ ਬਰਸਾਤ, ਅੱਧੇ ਘੰਟੇ ਦੀ ਬਰਸਾਤ ਨਾਲ ਸ਼ਹਿਰ ਦੇ ਕਈ ਇਲਾਕੇ ਨੀਵੇਂ ਆ, ਜਿੱਥੇ ਕਿ ਘੱਟੋ ਘੱਟ ਲੱਕ ਲੱਕ ਦੇ ਵਿੱਚ 2-3 ਫੁੱਟ ਪਾਣੀ ਹੋ ਗਿਆ। ਬਸ ਬਠਿੰਡਾ ਵੀ ਬਠਿੰਡਾ ਸ਼ਹਿਰ ਨਗੀਨਾ, ਮੀਂਹ 1 ਘੰਟਾ ਅਤੇ ਚਿੱਕੜ ਮਹੀਨਾ, ਆਹ ਹਾਲਾਤ ਨੇ ਸਾਡੇ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਇਜਾਜ਼ਤ ਦਿਓ, ਧੰਨਵਾਦ।